ਅੱਜ ਅਸੀਂ ਗੱਲਬਾਤ ਕਰਾਂਗੇ SRE 222 ਸਿੱਖ ਰਿਲੀਜੀਅਨ ਐਗਜ਼ਾਮੀਨੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਸਾਹਿਬ ਵੱਲੋਂ ਹਰ ਸਾਲ ਇਹ ਪ੍ਰੀਖਿਆ ਲਈ ਜਾਂਦੀ ਹੈ ਜਿਹੜੇ ਬੱਚੇ ਸਾਬ ਸੂਰਤ ਨੇ ਸਿੱਖ ਰਹਿਤ ਮਰਿਆਦਾ ਅਨੁਸਾਰ ਰਹਿੰਦੇ ਨੇ ਉਹਨਾਂ ਬੱਚਿਆਂ ਲਈ 50% ਸੀਟਾਂ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਰੱਖੀਆਂ ਜਾਂਦੀਆਂ ਨੇ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਗੁਰਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫਤੇਗੜ ਸਾਹਿਬ ਇਹਨਾਂ ਚਾਰ ਕਾਲਜਾਂ ਦੇ ਵਿੱਚ ਜਿਹੜੇ ਬੱਚੇ ਦਾਖਲਾ ਲੈਣਾ ਚਾਹੁੰਦੇ ਨੇ ਤੇ ਸਾਬ ਸੂਰਤ ਨੇ ਉਹਨਾਂ ਲਈ ਇਹ ਪੇਪਰ ਦੇਣਾ ਬਹੁਤ ਜ਼ਰੂਰੀ ਹੈ ਹੁਣ ਜਿਹੜਾ ਬੱਚਿਆਂ ਨੇ 10ਵੀਂ ਕੀਤੀ ਆ ਉਹ 3 ਸਾਲ ਦਾ ਡਿਪਲੋਮਾ ਕਰਨਾ ਚਾਹੁੰਦੇ ਨੇ ਤੇ ਪਲੱਸ 2 ਨਾਨ ਮੈਡੀਕਲ ਜਿਹੜੇ ਬੱਚੇ ਕਰ ਰਹੇ ਆ ਤੇ ਉਹ ਬੀਟੈਕ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਸੋ ਇਹਨਾਂ ਚਾਰ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਰਿਜ਼ਰਵੇਸ਼ਨ 50% ਮਿਲੇਗੀ ਸੋ ਇਹ ਐਗਜ਼ਾਮੀਨੇਸ਼ਨ ਦੇ ਲਈ ਤੁਹਾਨੂੰ sre.gndc.ac.in ਦੇ ਉੱਪਰ ਜਾ ਕੇ ਵੈੱਬਸਾਈਟ ਓਪਨ ਕਰਨੀ ਪਵੇਗੀ ਇਹ ਐਗਜ਼ਾਮ ਇਸ ਵੇਲੇ ਗੁਰਨਾਰਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵੱਲੋਂ ਲਿਆ ਜਾ ਰਿਹਾ ਹੈ ਸੋ ਜੇ ਪ੍ਰੀਖਿਆ ਦੀ ਗੱਲ ਕਰੀ ਤਾਂ ਇਸ ਵਿੱਚ 25 ਸਵਾਲ ਹੋਣਗੇ ਇੱਕ ਸਵਾਲ ਜਿਹੜਾ 2 ਨੰਬਰ ਦਾ ਹੋਏਗਾ ਤੇ ਤੁਹਾਨੂੰ 30 ਮਿੰਟ ਦਿੱਤੇ ਜਾਣਗੇ ਤੇ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੋਣੀ ਤੇ ਇਸ ਪੇਪਰ ਦੇ ਵਿੱਚੋਂ ਤੁਹਾਨੂੰ 40% ਮਾਰਕਸ ਲੈਣੇ ਜ਼ਰੂਰੀ ਨੇ ਸੋ ਜੇ ਤੁਸੀਂ 40% ਮਾਰਕਸ ਲੈ ਲਉਂਦੇ ਹੋ ਤਾਂ ਇਸ ਲਈ ਤੁਸੀਂ ਇਸ ਰਿਜ਼ਰਵੇਸ਼ਨ ਲਈ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਸੋ ਵੱਧ ਤੋਂ ਬਾਅਦ ਤਿੰਨ ਅਟੈਂਪਟ ਤੁਹਾਨੂੰ ਦਿੱਤੇ ਜਾਣਗੇ ਜਿਹੜੇ ਬੱਚੇ ਪਹਿਲੀ ਅਟੈਂਪਟ ਵਿੱਚ ਹੀ ਚੰਗੇ ਮਾਰਕਸ ਲੈ ਜਾਂਦੇ ਨੇ ਤਾਂ ਉਹਨਾਂ ਨੂੰ ਦੁਬਾਰਾ ਅਟੈਂਪਟ ਕਰਨ ਦੀ ਨਹੀਂ ਲੋੜ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਤੋਂ ਵੱਧ ਲੈ ਸਕਦੇ ਹੋ ਤਾਂ ਉਸ ਤੋਂ ਵੱਧ ਤੋਂ ਵੱਧ ਇਹ ਤਿੰਨ ਅਟੈਂਪਟ ਤੁਹਾਨੂੰ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਨਹੀਂ ਹੋਏਗਾ ਸੋ ਅਟੈਂਪਟ ਕਰਨ ਤੋਂ ਬਾਅਦ ਜੇ ਤੁਸੀਂ ਪੇਪਰ ਪਾਸ ਕਰ ਜਾਂਦੇ ਹੋ ਤਾਂ ਤੁਹਾਨੂੰ ਰਿਜ਼ਲਟ ਕਾਰਡ ਜਿਹੜਾ ਕਿ ਡਾਊਨਲੋਡ ਕਰਕੇ ਉਸਤੇ ਉੱਪਰ ਫੋਟੋ ਲਾ ਕੇ ਉਹ ਗੁਰਨਾਨਕ ਦੇਵ ਇੰਜੀਨੀਅਰ ਕਾਲਜ ਦੇ ਵਿੱਚ ਜਮ੍ਹਾਂ ਕਰਾਉਣਾ ਪਏਗਾ। ਸੋ ਜਿਹੜੇ ਬੱਚਿਆਂ ਦੇ ਨਾਮ ਨਾਲ ਸਿੰਘ ਅਤੇ ਕੌਰ ਲੱਗਦਾ ਹੈ ਉਹ ਇਸ ਲਈ ਐਲੀਜੀਬਲ ਨੇ। ਜਿਨ੍ਹਾਂ ਦੇ ਨਾਮ ਨਾਲ ਸਿੰਘ ਤੇ ਕੌਰ ਨਹੀਂ ਲੱਗਦਾ ਪਰ ਉਹ ਸਿੱਖ ਪਰਿਵਾਰ ਦੇ ਵਿੱਚੋਂ ਨੇ ਉਹਨਾਂ ਨੇ ਇੱਕ ਐਫੀਡੇਵਿਟ ਦੇਣਾ ਪਏਗਾ ਜਾਂ ਫਿਰ ਕਿਸੇ ਨੇ ਅਖਬਾਰ ਦੇ ਵਿੱਚ ਆਪਣਾ ਨਾਮ ਬਦਲੀ ਕੀਤਾ ਤਾਂ ਉਹਨੂੰ ਦੀ ਜਿਹੜੀ ਆ ਕਟਿੰਗ ਉਹ ਨਾਲ ਲਾਉਣੀ ਪੈਗੀ ਤੇ ਉਹ ਕਾਲਜ ਜਮ੍ਹਾਂ ਕਰਾਉਣੀ ਪੈਗੀ। ਸੋ ਜੇ ਸਿਲੇਬਸ ਦੀ ਗੱਲ ਕਰੀਏ ਤਾਂ ਇਸ ਪ੍ਰੀਖਿਆ ਦੇ ਲਈ ਐਸਜੀਪੀਸੀ ਵੱਲੋਂ ਜਿਹੜੀਆਂ ਬੁੱਕਸ ਸਿੱਖ ਇਤਿਹਾਸ 1 ਤੇ ਸਿੱਖ ਇਤਿਹਾਸ 2 ਜਿਹੜੀ ਕਿ ਕਰਤਾਰ ਸਿੰਘ ਜੀ ਵੱਲੋਂ ਲਿਖੀਆਂ ਗਈਆਂ ਨੇ ਸੋ ਦੂਸਰਾ ਧਰਮ ਪੋਥੀ 9 ਤੇ 10 ਅਤੇ ਸਿੱਖ ਰਹਿਤ ਮਰਿਆਦਾ ਗੁਰਬਖਸ਼ ਸਿੰਘ ਵੱਲੋਂ ਜਿਹੜੀ ਲਿਖੀ ਗਿਆ ਇਹ ਸਿਲੇਬਸ ਜਿਹੜਾ ਇਹ ਹੋਏਗਾ ਸੋ ਆਓ ਆਪਾਂ ਦੇਖੀਏ ਕਿ ਕਿਸ ਤਰ੍ਹਾਂ ਤੁਸੀਂ ਇਸ ਪ੍ਰੀਖਿਆ ਨੂੰ ਆਨਲਾਈਨ ਦੇਣਾ ਤੇ ਉਸ ਦਾ ਪ੍ਰੋਸੀਜਰ ਸਮਝੀਏ ਸੋ ਸਭ ਤੋਂ ਪਹਿਲਾਂ ਆਪਾਂ ਵੈਬਸਾਈਟ ਓਪਨ ਕਰਾਂਗੇ sre.gndc.ac.in ਜਦੋਂ ਤੁਸੀਂ ਵੈਬਸਾਈਟ ਓਪਨ ਕਰੋਗੇ ਤਾਂ ਇਸ ਤਰ੍ਹਾਂ ਦਾ ਪੇਜ ਜਿਹੜਾ ਓਪਨ ਹੋ ਜਾਏਗਾ ਤੇ ਇਸ ਤੇ ਲਿਖਿਆ ਅਬਾਊਟ sre ਰਜਿਸਟ੍ਰੇਸ਼ਨ ਤੁਸੀਂ ਇੱਥੇ ਕਲਿੱਕ ਕਰਨਾ ਤੇ ਕੁਝ ਇਨਸਟਰਕਸ਼ਨਸ ਵਗੈਰਾ ਹੈਗੀਆਂ ਜਿਹੜੀਆਂ ਤੁਸੀਂ ਇੱਥੇ ਪੜ੍ਹ ਲੈਣੀਆਂ ਆ ਪੈਟਰਨ ਆਫ ਦਾ ਐਗਜ਼ਾਮ ਐਂਡ ਸਕੋਰਡ ਗਾਈਡਲਾਈਨਸ ਕੁਝ ਹੈਗੀਆਂ ਦੇ ਵਿੱਚ ਤੇ ਇੱਥੇ ਅੱਗੇ ਆ ਰਿਹਾ ਲਿੰਕ ਫਾਰ ਰਜਿਸਟ੍ਰੇਸ਼ਨ ਤੇ ਕਲਿੱਕ ਹੇਅਰ ਦੇ ਉੱਪਰ ਤੁਸੀਂ ਅੱਗੇ ਜਾ ਕੇ ਕਲਿੱਕ ਕਰਨਾ ਜਦੋਂ ਸਾਈਟ ਮੇ ਬੋਲਾ ਔਨ ਹੋ ਜਾਏਗਾ ਤਾਂ ਉਸ ਤੋਂ ਬਾਅਦ ਤੁਸੀਂ ਯੂਜ਼ਰ ਨੇਮ ਕੋਈ ਵੀ ਸਿਲੈਕਟ ਕਰ ਲੈਣਾ ਤੇ ਪਾਸਵਰਡ ਉਸ ਤੋਂ ਬਾਅਦ ਈਮੇਲ ਐਡਰੈਸ ਬਹੁਤ ਜ਼ਰੂਰੀ ਹੈ ਤੁਹਾਡੇ Gmail ID ਕੋਈ ਵੀ ID ਹੋਵੇ ਤੁਹਾਡੀ ਇੱਥੇ ਤੁਸੀਂ ਈਮੇਲ ID ਭਰਨੀ ਹੈ ਤੇ ਫਿਰ ਰੀਕਨਫਰਮ ਕਰਨੀ ਹੈ ਉਸ ਤੋਂ ਬਾਅਦ ਆਪਣਾ ਫਰਸਟ ਨੇਮ ਆਪਣੀਆਂ ਡਿਟੇਲਸ ਭਰ ਕੇ ਉਸ ਤੋਂ ਬਾਅਦ ਕ੍ਰੀਏਟ ਮਾਈ ਨਿਊ ਅਕਾਊਂਟ ਦੇ ਉੱਪਰ ਕਰਨਾ ਤਾਂ ਤੁਹਾਡੀ ਮੇਲ ਦੇ ਉੱਪਰ ਜਿਹੜੀ ਇੱਕ ਕਨਫਰਮੇਸ਼ਨ ਦੇ ਲਈ ਤੁਹਾਡੀ ID ਬਣ ਜਾਏਗੀ ਤੇ ਯੂਜ਼ਰ ਨੇਮ ਪਾਸਵਰਡ ਲਾ ਕੇ ਤੁਸੀਂ ਦੁਬਾਰਾ ਇਹਨੂੰ ਓਪਨ ਕਰਨਾ ਅਤੇ ਪਾਸਵਰਡ ਕ੍ਰੀਏਟ ਹੋਣ ਤੋਂ ਬਾਅਦ ਤੁਸੀਂ ਇੱਥੇ ਜਾ ਕੇ ਆਪਣਾ ਜੋ ਵੀ ਯੂਜ਼ਰ ਨੇਮ ਸਿਲੈਕਟ ਕੀਤਾ ਤੇ ਪਾਸਵਰਡ ਲਾ ਕੇ ਇਹਨੂੰ ਲੌਗਇਨ ਕਰ ਦੇਣਾ ਲੌਗਇਨ ਕਰਨ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਜਿਹੜਾ ਅੱਗੇ ਪੇਜ ਦਿਖਾਈ ਦੇਵੇਗਾ ਤੁਸੀਂ ਇਹ ਦੇਖੋਗੇ ਇੱਥੇ ਤਾਂ ਤੁਹਾਨੂੰ ਪੁਰਾਣੇ ਜਿਹੜੇ ਕੁਐਸਚਨ ਪੇਪਰ ਨੇ ਸੈਂਪਲ ਕੁਐਸਚਨ ਪੇਪਰ ਦਿਖ ਜਾਣਗੇ ਸੋ ਇਹ ਸੈਂਪਲ ਕੁਐਸਚਨ ਤੁਸੀਂ ਇੱਥੇ ਕਲਿੱਕ ਕਰੋਗੇ ਉਦੇ ਨਾਲ ਹੀ ਤੁਹਾਨੂੰ ਜਿਹੜਾ ਐਸ ਆਰਈ ਬੁਕਸ ਨੇ ਜਿਹੜੀਆਂ ਪੀਡੀਐਫ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਸ ਰਾਈਟ ਸਾਈਡ ਤੇ ਨਾਲ ਹੀ ਇਹਦੇ ਵਿੱਚ ਇਹ ਕਲੀਅਰ ਕਰ ਦਾਂ ਕਿ ਇਹ ਇਗਜ਼ਾਮ ਪੰਜਾਬੀ ਅਤੇ ਅੰਗਰੇਜ਼ੀ ਦੋਨਾਂ ਦੇ ਵਿੱਚ ਹੋਏਗਾ ਕਲਿਕ ਹੇਅਰ ਟੂ ਅਟੈਂਪਟ ਦਾ ਐਗਜ਼ਾਮੀਨੇਸ਼ਨ ਸੋ ਜਿੱਥੇ ਕਿਊਜ਼ ਐਸ ਆਰਈ ਲਿਖਿਆ ਆ ਰਿਹਾ ਤਾਂ ਤੁਸੀਂ ਦੇਖੋਗੇ not available unless the activity candidate information is marked complete ਸਭ ਤੋਂ ਪਹਿਲਾਂ ਤੁਸੀਂ ਕੈਂਡੀਡੇਟ ਇਨਫੋਰਮੇਸ਼ਨ ਜਿਹੜੀ ਆ ਉਹ ਕੰਪਲੀਟ ਕਰਨੀ ਆ ਉਸ ਤੋਂ ਬਾਅਦ ਇਹ ਤੁਹਾਡਾ ਕੁਐਸਚਨ ਪੇਪਰ ਜਿਹੜਾ ਉਹ ਖੁੱਲੇਗਾ ਸੋ ਇਹ ਤੁਹਾਡੀ ਸਾਰੀ ਇਨਫੋਰਮੇਸ਼ਨ ਹੈ ਕੈਂਡੀਡੇਟ ਸਭ ਤੋਂ ਪਹਿਲਾਂ ਤੁਹਾਡਾ ਨਾਮ ਫਾਦਰ ਨੇ ਮਦਰ ਨੇਮ ਮੋਬਾਈਲ ਨੰਬਰ ਤੁਹਾਡੇ ਫਾਦਰ ਦਾ ਮੋਬਾਈਲ ਨੰਬਰ ਐਡਰੈਸ ਡੇਟ ਆਫ ਬਰਥ ਤੇ ਅਪਲਾਈਂਗ ਫਾਰ ਇੱਥੇ ਤੁਸੀਂ ਕਿਸ ਲਈ ਕਰ ਰਹੇ ਹੋ ਡਿਪਲੋਮਾ ਲਈ ਕਰ ਰਹੇ ਹੋ ਜਾਂ ਬੀਟੈਕ ਲਈ ਕਰ ਰਹੇ ਹੋ ਸਾਰੀਆਂ ਤੁਸੀਂ ਆਪਣੀਆਂ ਭਰ ਕੇ ਉਸ ਤੋਂ ਬਾਅਦ ਇਹਨੂੰ ਸਬਮਿਟ ਕਰ ਦੇਣਾ ਸਬਮਿਟ ਹੋਣ ਤੋਂ ਬਾਅਦ ਜਦੋਂ ਕੈਂਡੀਡੇਟ ਇਨਫੋਰਮੇਸ਼ਨ ਪੂਰੀ ਹੋ ਗਈ ਉਸ ਤੋਂ ਬਾਅਦ ਤੁਸੀਂ ਜਿਹੜਾ ਉਹ ਅਟੈਂਪਟ ਕਰਨਾ ਹੈ ਜਦੋਂ ਤੁਸੀਂ ਕੈਂਡੀਡੇਟ ਇਨਫੋਰਮੇਸ਼ਨ ਪੂਰੀ ਫਿਲ ਕਰ ਦੋਗੇ ਕੰਪਲੀਟ ਕਰ ਦੋਗੇ ਤਾਂ ਉਸ ਤੋਂ ਬਾਅਦ ਅੱਗੇ ਜਾ ਕੇ ਤੁਸੀਂ ਕਿਊਜ਼ ਐਸ ਆਰਈ ਤੇ ਉੱਤੇ ਜਾ ਕੇ ਕਲਿੱਕ ਕਰਨਾ ਤੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਲਿਖਿਆ ਆ ਜਾਏਗਾ ਅਟੈਂਪਟ ਅਲਾਉਡ 3 ਟਾਈਮ ਲਿਮਿਟ 30 ਮਿੰਟਸ ਐਂਡ ਗ੍ਰੇਡਿੰਗ ਮੈਥਡ ਹਾਈਐਸਟ ਗ੍ਰੇਡ ਇਸ ਤੋਂ ਬਾਅਦ ਤੁਸੀਂ ਅਟੈਂਪਟ ਕਯੂਜ਼ ਨਾਓ ਕਰੋਗੇ ਤਾਂ ਅੱਗੇ ਜਾ ਕੇ ਕੁਐਸਚਨ ਆਨਸਰ ਜਿਹੜੇ ਆ ਉਹ ਆ ਜਾਣਗੇ ਸੋ ਟਾਈਮ ਲਿਮਿਟ ਇਸ ਤੋਂ ਪਹਿਲਾਂ ਆਏਗਾ ਯੂਅਰ ਅਟੈਂਪਟ ਵਿਲ ਹੀਵ ਅ ਟਾਈਮ ਲਿਮਿਟ ਆਫ 30 ਮਿੰਟਸ ਇਹ ਤੁਸੀਂ ਪੜ੍ਹ ਕੇ ਅੱਗੇ ਸਟਾਰਟ ਅਟੈਂਪਟ ਤੋਂ ਕਲਿੱਕ ਕਰਕੇ ਉਸ ਤੋਂ ਬਾਅਦ ਤੁਹਾਡਾ ਪੇਪਰ ਜਿਹੜਾ ਉਹ ਸ਼ੁਰੂ ਹੋ ਜਾਏਗਾ ਤੇ ਰਾਈਟ ਸਾਈਡ ਦੇ ਉੱਪਰ ਤੁਹਾਡਾ ਨਾਲ ਦੀ ਨਾਲ ਟਾਈਮ ਲੈਫਟ ਇਸ ਤਰ੍ਹਾਂ ਹੁਣ ਟਾਈਮ ਸਟਾਰਟ ਹੋ ਚੁੱਕਿਆ ਤਾਂ ਇਸ ਤਰ੍ਹਾਂ ਤੁਸੀਂ ਜਿਹੜੇ ਅੱਗੇ ਤੁਹਾਨੂੰ 25 ਜਿਹੜੇ ਕੁਸ਼ਚਨਸ ਆਉਣਗੇ ਤੇ ਤੁਸੀਂ 30 ਮਿੰਟ ਦੇ ਵਿੱਚ ਇਹਦੇ ਜਵਾਬ ਦੇਣੇ ਨੇ ਅਟੈਂਪਟ ਕਰਨ ਤੋਂ ਬਾਅਦ ਜਦੋਂ ਤੁਹਾਡਾ ਪੇਪਰ ਪਾਸ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਕਾਰਡ ਡਾਊਨਲੋਡ ਕਰਨਾ ਐਗਜ਼ਾਮ ਪੂਰਾ ਹੋਣ ਤੋਂ ਬਾਅਦ ਇਸ ਤਰ੍ਹਾਂ ਦਾ ਸਕੋਰ ਕਾਰਡ ਆਏਗਾ ਤੇ ਨੇਮ ਸਕੋਰ ਈਮੇਲ ਆਈਡੀ ਯੂਨੀਕ ਆਈਡੀ ਪਹਿਲਾਂ ਹੀ ਲਿਖਿਆ ਹੋਇਆ ਹੋਏਗਾ ਇਹਦੇ ਤੇ ਤੇ ਰਾਈਟ ਸਾਈਡ ਦੇ ਉੱਪਰ ਤੁਸੀਂ ਆਪਣੀ ਫੋਟੋਗ੍ਰਾਫ ਜਿਹੜੀ ਆ ਉਹ ਫਿਕਸ ਕਰਨੀ ਆ ਤੇ ਨਾਲ ਦੀ ਨਾਲ نیچے ਸਿਗਨੇਚਰ ਆਪਣੇ ਕੈਂਡੀਡੇਟ ਦੇ ਕਰਨੇ ਆ ਤੇ ਸੰਗਰੇਚਰ ਆ ਪੇਰੈਂਟ ਜਿਹੜੇ ਆ ਤੁਸੀਂ ਕਰ ਦੇਣੇ ਆ ਉਸ ਤੋਂ ਬਾਅਦ ਇਹ ਤੁਸੀਂ ਰਿਜ਼ਲਟ ਕਾਰਡ ਸਕੋਰ ਕਾਰਡ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਮ੍ਹਾਂ ਕਰਾਉਣਾ 12 ਮਈ 2022 ਤੋਂ ਲੈ ਕੇ 30 ਮਈ 2022 ਤੱਕ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਇਹ ਸਕੋਰ ਕਾਰਡ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ